ਫਰੀਦਕੋਟ ਦੇ ਪਿੰਡ ਬੈਬਲ ਕਲਾਂ ਦੇ ਵਿੱਚ ਕਿਸੇ ਨੇ ਸਰਪੰਚ ਤੇ ਪੰਚ ਦੇ ਲਈ ਨਹੀਂ ਭਰੀ ਨਾਮਜ਼ਦਗੀ। ਗੈਂਗਸਟਰ ਸਿੰਮਾ ਤੇ ਕਾਗਜ਼ ਨਾ ਭਰਨ ਦੀ ਧਮਕੀ ਦੇਣ ਦਾ ਇਲਜ਼ਾਮ। ਆਮ ਆਦਮੀ ਪਾਰਟੀ ਬੋਲੀ ਪੂਰੇ ਮਾਮਲੇ ਦੀ ਹੋਵੇਗੀ ਜਾਂਚ। ਜਲਾਲਾਬਾਦ ਫਾਇਰਿੰਗ ਕੇਸ ਦੇ ਵਿੱਚ ਪੁਲਿਸ ਦਾ ਵੱਡਾ ਐਕਸ਼ਨ। ਅਕਾਲੀ ਆਗੂ ਨੋਨੀ ਮਾਨ ਤੇ ਬੌਬੀ ਮਾਨ ਦੇ ਖਿਲਾਫ਼ ਕੇਸ ਦਰਜ। 20 ਅਣਪਛਾਤੇ ਲੋਕਾਂ ਤੇ ਵੀ ਦਰਜ ਹੋਈ FIR। ਜਲਾਲਾਬਾਦ ਫਾਇਰਿੰਗ ਕੇਸ ਦੇ ਉੱਤੇ ਸਿਆਸੀ ਘਮਸਾਣ। ਅਕਾਲੀ ਆਗੂ ਨੋਨੀ ਮਾਨ ਤੇ ਆਮ ਆਦਮੀ ਪਾਰਟੀ ਦੇ ਸਰਪੰਚ ਉਮੀਦਵਾਰ ਨੂੰ ਗੋਲੀ ਮਾਰਨ ਦੇ ਇਲਜ਼ਾਮ। ਆਪ ਬੋਲੀ, ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਹੋ ਰਹੀ ਹੈ ਕੋਸ਼ਿਸ਼। ਕੇਜਰੀਵਾਲ ਦੀਆਂ ਦਿੱਲੀ ਵਾਸੀਆਂ ਨੂੰ 6 ਚੁਣਾਂ। ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵੀ ਐਲਾਨ। ਪੰਜਾਬ ਸਰਕਾਰ ਦੇ ਵੱਲੋਂ ਫਸਲੀ ਰਹਿੰਦ ਖੂੰਹਦ ਪ੍ਰਬੰਧਨ ਕਰਜ਼ਾ ਯੋਜਨਾ ਦੀ ਸ਼ੁਰੂਆਤ। ਸਰਕਾਰ ਵਚਨਬੱਧ। ਸੱਤ ਵਾਲੀਆਂ ਖਬਰਾਂ ਲੈ ਕੇ, ਸੱਤ ਵਾਲੀਆਂ ਖਬਰਾਂ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਪੂਰਾ ਦਿਨ ਕੀ ਕੁਝ ਖਾਸ ਰਿਹਾ ਹਰ ਇੱਕ ਖਬਰ ਦੇ ਨਾਲ ਤੁਹਾਨੂੰ ਰੂਬਰੂ ਕਾਲ ਭਕਿਆ ਹੋਇਆ। ਕਿਸੇ ਪਾਸੇ ਸਰਪੰਚੀ ਚੋਣਾਂ ਨੂੰ ਲੈ ਕੇ ਕੁਝ ਤੇ ਨਾਮੋ ਸਾਹਮਣੇ ਹੋ ਰਹੀਆਂ ਨੇ ਤਾਂ ਕੁਝ ਪਿੰਡਾਂ ਦੇ ਵਿੱਚ ਸਰਬਸੰਮਤੀ ਬਣ ਰਹੀ ਹੈ। ਤੇ ਸਭ ਦੇ ਵਿਚਾਲੇ ਇੱਕ ਖਬਰ ਫਰੀਦਕੋਟ ਤੋਂ ਸਾਹਮਣੇ ਆਈ ਜੋ ਥੋੜੀ ਹੈਰਾਨ ਕਰਨ ਵਾਲੀ ਹੈ। ਉਹ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਵੀ ਕੋਈ ਅਜਿਹਾ ਪਿੰਡ ਹੋ ਸਕਦਾ ਜਿੱਥੇ ਕੋਈ ਧਮਕੀ ਪਰਚਾ ਨਾ ਤਾਂ ਉਸ ਪਰ ਘਟਨਾ ਵਾਪਰੀ ਹੈ ਬੈਬਲ ਕਲਾਂ ਦੇ ਵਿੱਚ। ਇਹ ਫਰੀਦਕੋਟ ਦਾ ਪਿੰਡ ਹੈ ਬੈਬਲ ਕਲਾਂ, ਖੂਬ ਸੁਰਖੀਆਂ 'ਚ ਪਹਿਲਾਂ ਵੀ ਰਿਹਾ। ਤੇ ਬੈਬਲ ਕਲਾਂ ਤੋਂ ਖਬਰ ਇਹ ਹੈ ਜਿੱਥੇ ਇੱਕ ਗੈਂਗਸਟਰ ਦਾ ਇੰਨਾ ਖੌਫ ਹੈ ਕਿ ਪੰਚਾਇਤੀ ਚੋਣਾਂ ਦੇ ਲਈ ਕਿਸੇ ਨੇ ਵੀ ਕਾਗਜ਼ ਤੱਕ ਦਾਖਲ ਨਹੀਂ ਕੀਤੇ। ਜਿਸ ਤੋਂ ਬਾਅਦ ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ। ਪੁਲਿਸ ਕਹਿ ਰਹੀ ਹੈ ਕਿ ਗੈਂਗਸਟਰ ਆਪਣੇ ਪਿਤਾ ਨੂੰ ਸਰਪੰਚ ਬਣਾਉਣਾ ਚਾਹੁੰਦਾ ਤੇ ਧਮਕੀ ਇਹੋ ਦਿੱਤੀ ਗਈ ਸੀ। ਪੰਚਾਇਤੀ ਚੋਣਾਂ ਦੇ ਵਿੱਚ ਉਮੀਦਵਾਰਾਂ ਨੇ ਵੱਧ ਚੜ੍ਹ ਕੇ ਨਾਮਜ਼ਦਗੀਆਂ ਦਾਖਲ ਕੀਤੀਆਂ, ਜਿਸ ਦਾ ਫਾਈਨਲ ਅੰਕੜਾ ਵੀ ਸਾਹਮਣੇ ਆ ਚੁੱਕਾ ਹੈ। ਪਰ ਜੋ ਖਬਰ ਫਰੀਦਕੋਟ ਦੇ ਪਿੰਡ ਬੈਬਲ ਕਲਾਂ ਤੋਂ ਆਈ ਉਹ ਸਭ ਨੂੰ ਹੈਰਾਨ ਕਰਨ ਵਾਲੀ ਹੈ। ਜਿੱਥੇ ਸਰਪੰਚ ਤੇ ਪੰਚ ਲਈ ਕਿਸੇ ਨੇ ਵੀ ਕਾਗਜ਼ ਨਹੀਂ ਭਰੇ, ਜਿਸ ਦੀ ਵਜ੍ਹਾ ਸਿੰਮਾ ਨਾਂ ਦੇ ਗੈਂਗਸਟਰ ਦਾ ਖੌਫ। ਗੈਂਗਸਟਰ ਨੇ ਕਾਗਜ਼ ਨਾ ਭਰਨ ਦੀ ਧਮਕੀ ਦਿੱਤੀ, ਜਿਸ ਦੇ ਚੱਲਦਿਆਂ ਪਿੰਡ ਵਾਸੀਆਂ ਨੇ ਨਾਮਜ਼ਦਗੀ ਭਰਨ ਤੋਂ ਹੀ ਕਿਨਾਰਾ ਕਰ ਲਿਆ, ਜਿਸ ਤੇ ਪੁਲਿਸ ਦਾ ਵੀ ਪੱਖ ਸਾਹਮਣੇ ਆਇਆ। ਪੁਲਿਸ ਦਾ ਕਹਿਣਾ ਕਿ ਗੈਂਗਸਟਰ ਆਪਣੇ ਪਿਤਾ ਨੂੰ ਸਰਪੰਚ ਬਣਾਉਣਾ ਚਾਹੁੰਦਾ। ਕੁਝ ਦਿਨ ਪਹਿਲਾਂ ਪੁਲਿਸ ਨੇ ਗੈਂਗਸਟਰ ਦੇ ਦੋ ਸਾਥੀ ਵੀ ਕਾਬੂ ਕੀਤੇ ਨੇ, ਹਾਲਾਂਕਿ ਗੈਂਗਸਟਰ ਸਿੰਮਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਸਿੰਮਾ ਉੱਥੇ ਦਾ ਹੈਗਾ ਬੈਬਲ ਕਲਾਂ ਦਾ, ਉਹ ਆਪਣੇ ਘਰ ਕਾਫੀ ਬੰਦੇ ਲੈ ਕੇ ਇਕੱਠੇ ਹੋਇਆ ਸੀ ਵੀ ਆਪਣੇ ਪਿਓ ਨੂੰ ਸਰਪੰਚ ਬਣਾਉਣਾ ਵਾ, ਇਸ ਕਰਕੇ ਉਹ ਦੂਜੇ ਪਿੰਡ ਵਾਲਿਆਂ ਨਾਲ ਉਹਦੀ ਮਤਲਬ ਆਪਸ ਵਿੱਚ ਰੰਜਿਸ਼ ਹੋ ਗਈ ਸੀ। ਉਹ ਜੋ ਮੁਲਾਜ਼ਮ ਨੂੰ ਰਾਊਂਡ ਅਪ ਕਰਨ ਲੱਗੇ ਤਾਂ ਉੱਥੋਂ ਦੌੜ ਗਿਆ। ਫਿਰ ਵੀ ਸਾਡੇ ਕੋਲ ਉਹਦੇ ਕੋਲ ਹਥਿਆਰ ਬਰਾਮਦ ਹੋਈ, ਇੱਕ ਗੰਨ ਹੋਈ ਆ, 20-25 ਕਾਰਤੂਸ ਹੋਏ ਆ ਬਰਾਮਦ, ਹਾਂਜੀ 2 ਗੱਡੀਆਂ ਬਰਾਮਦ ਹੋਈਆਂ ਉਹਦੇ ਕੋਲ। ਤਾਂ ਇਸ ਪੂਰੇ ਮਾਮਲੇ 'ਤੇ ਆਪ ਦਾ ਪੱਖ ਵੀ ਸਾਹਮਣੇ ਆਇਆ। ਆਪ ਸਾਂਸਦ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਕਿਸੇ ਵੀ ਕੀਮਤ 'ਤੇ ਗੁੰਡਾਗਰਦੀ ਬਰਦਾਸ਼ਤ ਨਹੀਂ ਹੋਵੇਗੀ ਅਤੇ ਪੂਰੇ ਮਾਮਲੇ ਦੇ ਵਿੱਚ ਜਾਂਚ ਦੀ ਵੀ ਗੱਲ ਕਹੀ ਹੈ। ਸਰਕਾਰ ਉਹਦਾ ਨੋਟਿਸ ਲਊਗੀ, ਲੇਕਿਨ ਗੁੰਡਾ ਤੰਤਰ ਬਿਲਕੁਲ ਹੋਣ ਦਿੱਤਾ ਜਾਊਗਾ, ਇਹ ਸਪਸ਼ਟ ਹੈ ਪਾਰਟੀ ਦੀ ਸਰਕਾਰ। ਇੱਥੇ ਵੀ ਜ਼ਿਕਰਯੋਗ ਹੈ ਕਿ ਬੈਬਲ ਕਲਾਂ ਪਿੰਡ ਸਾਲ 2015 ਦੇ ਵਿੱਚ ਉਸ ਵੇਲੇ ਸੁਰਖੀਆਂ ਦੇ ਵਿੱਚ ਆਇਆ ਸੀ ਜਦੋਂ ਸਿੱਖ ਜਥੇਬੰਦੀਆਂ ਦੇ ਪ੍ਰਦਰਸ਼ਨ ਦੇ ਵਿੱਚ ਗੋਲੀਕਾਂਡ ਵਾਪਰਿਆ ਸੀ ਤੇ ਗਦਮੀ ਮਾਮਲੇ 'ਚ ਇਨਸਾਫ਼ ਦੀ ਮੰਗ ਕਰ ਰਹੇ 2 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ। ਫਰੀਦਕੋਟ ਤੋਂ ਦੇਵਾਨੰਦ ਸ਼ਰਮਾ, ਨਿਊਜ਼ 18 ਪੰਜਾਬ। ਖੈਰ, ਸਵਾਲ ਤਾਂ ਜ਼ਰੂਰ ਹੈ ਕਿ ਵਾਕਈ ਇੱਕ ਗੈਂਗਸਟਰ ਹੈ, ਗੈਂਗਸਟਰ ਸਿੰਮਾ ਜਿਹੜਾ ਦੱਸਿਆ ਜਾ ਰਿਹਾ, ਇਸ ਦੇ ਉੱਤੇ 27 ਪਰਚੇ ਦਰਜ ਹੋਏ ਨੇ, ਮੁਕੱਦਮੇ ਨੇ, ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਹੁਣ ਫਰਾਰ ਹੈ। ਸਿੰਮਾ ਵੀ ਅਤੇ ਸਿੰਮਾ ਦੇ ਪਿਤਾ ਜਿਸ ਨੂੰ ਇਹ ਸਰਪੰਚ ਬਣਾਉਣਾ ਚਾਹੁੰਦੇ ਸੀ, ਦੋਵੇਂ ਫਰਾਰ ਨੇ। ਇਸ ਕਰਕੇ
ਸਿੰਮਾ ਆਪਣੇ ਪਿਤਾ ਦੀ ਨੋਮੀਨੇਸ਼ਨ ਵੀ ਫਾਈਲ ਨਹੀਂ ਕਰਵਾ ਸਕਿਆ। ਇਸ ਦਾ ਮਤਲਬ ਇਹ ਹੈ ਕਿ ਸਿੰਮਾ ਦੇ ਪਿਤਾ ਵੀ ਜਿਹੜਾ ਗੈਂਗਸਟਰ ਹੈ ਉਸਦੇ ਪਿਤਾ ਵੀ ਸਰਪੰਚ ਤਾਂ ਨਹੀਂ ਬਣ ਸਕਣਗੇ। ਹੁਣ ਸਰਪੰਚੀ ਦੇ ਉੱਤੇ ਇਲੈਕਸ਼ਨ ਕਦੋਂ ਹੁੰਦੀ ਹੈ ਬਹਿਬਲ ਕਲਾਂ ਦੇ ਵਿੱਚ ਦੇਖਣਾ ਹੋਏਗਾ। ਬਟ ਸਵਾਲ ਜ਼ਰੂਰ ਹੈ ਕਿ ਵਾਕਈ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਿਸੇ ਗੈਂਗਸਟਰ ਦਾ ਖੌਫ ਹੋ ਖੈਰ ਹੋਇਆ ਇਸ ਤਰੀਕੇ ਨਾਲ ਹੈ, ਇਲਜ਼ਾਮ ਹੀ ਲੱਗ ਰਹੇ ਨੇ। ਅੱਗੇ ਵੱਧਦੇ ਹਾਂ, ਸਰਪੰਚੀ ਦੇ ਨਾਲ ਜੁੜੀ ਹੋਈ ਅਗਲੀ ਖਬਰ ਵੀ ਹੈ ਅਤੇ ਗੱਲ ਕਰਦੇ ਹਾਂ ਜਲਾਲਾਬਾਦ ਦੀ। ਜਲਾਲਾਬਾਦ ਦੇ ਵਿੱਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿਚਾਲੇ ਝੜਪ ਹੋ ਗਈ, ਜਿਸ ਦੇ ਵਿੱਚ ਗੋਲੀ ਲੱਗਣ ਦੀ ਵਜ੍ਹਾ ਦੇ ਨਾਲ ਆਮ ਆਦਮੀ ਪਾਰਟੀ ਦੇ ਦੋ ਵਰਕਰ ਜ਼ਖਮੀ ਵੀ ਹੋ ਗਏ, ਜਿਸ 'ਤੇ ਪੁਲਿਸ ਨੇ ਅਕਾਲੀ ਆਗੂ ਬੌਬੀ ਮਾਨ ਅਤੇ ਨੋਨੀ ਮਾਨ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਤਾਂ ਉੱਥੇ ਇਸ ਪੂਰੇ ਮਾਮਲੇ ਦੇ ਉੱਤੇ ਸਿਆਸਤ ਵੀ ਖੂਬ ਹੋ ਰਹੀ ਹੈ। ਵੀ ਵਾਪਰ ਰਹੀਆਂ ਨੇ, ਅਜਿਹੀ ਹੀ ਵਾਰਦਾਤ ਵਾਪਰੀ ਹੈ ਜਲਾਲਾਬਾਦ ਦੇ BDPO ਦਫ਼ਤਰ 'ਚ, ਜਿੱਥੇ ਆਮ ਆਦਮੀ ਤੇ ਅਕਾਲ ਮਨਦੀਪ ਬਰਾੜ ਸਮੇਤ ਇੱਕ ਹੋਰ ਆਗੂ ਜ਼ਖਮੀ ਹੋ ਗਿਆ। ਪੁਲਿਸ ਨੇ ਆਪ ਦੇ ਜ਼ਖਮੀ ਆਗੂ ਗੁਰਪ੍ਰੀਤ ਸਿੰਘ ਦੇ ਬਿਆਨ ਦੇ ਆਧਾਰ ਤੇ ਐਕਸ਼ਨ ਲਿਆ ਤੇ ਅਕਾਲੀ ਆਗੂ ਨੋਨੀ ਮਾਨ ਤੇ ਬੌਬੀ ਮਾਨ ਦੋਹਾਂ ਭਰਾਵਾਂ ਤੇ FIR ਦਰਜ ਕਰ ਲਿਆ। ਇਸ ਦੇ ਨਾਲ ਹੀ 20 ਅਣਪਛਾਤੇ ਲੋਕਾਂ ਦੇ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ 'ਚ ਭਾਵੇਂ ਪੁਲਿਸ ਐਕਸ਼ਨ 'ਚ ਆਈ ਹੈ, ਪਰ ਦੂਜੇ ਪਾਸੇ ਇਸ ਤੇ ਸਿਆਸੀ ਘਮਸਾਨ ਵੀ ਛਿੜ ਗਿਆ। ਮੋਰਚਾ ਸੰਭਾਲਿਆ ਆਮ ਆਦਮੀ ਪਾਰਟੀ ਦੇ ਸਾਂਸਦ ਮਲਵਿੰਦਰ ਸਿੰਘ ਕੰਗ ਨੇ, ਜਿਨ੍ਹਾਂ ਨੇ ਅਕਾਲੀ ਦਲ ਤੇ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ ਨੇ। ਤਾਂ ਉਧਰ ਕਾਂਗਰਸੀ ਆਗੂਆਂ ਤੇ ਵੀ ਸਵਾਲ ਖੜੇ ਕੀਤੇ ਨੇ। ਆਮ ਆਦਮੀ ਪਾਰਟੀ ਦੇ ਲੋਕ ਕੱਲ ਵਿਕਟਿਮ ਬਣੇ ਆ ਉੱਥੇ ਜਲਾਲਾਬਾਦ। ਅਕਾਲੀ ਦਲ ਦੇ ਗੁੰਡਿਆਂ ਨੇ ਗੋਲੀ ਚਲਾ ਕੇ ਸੀਰੀਅਸ ਤੌਰ ਤੇ ਗੰਭੀਰ ਜਿਹੜਾ ਆਮ ਆਦਮੀ ਪਾਰਟੀ ਦੇ ਇੱਕ ਪਿੰਡ ਉੱਥੇ ਹੈਗਾ ਜਲਾਲਾਬਾਦ ਹਲਕੇ 'ਚ ਚੱਕ ਮੁਹੰਮਦ ਵਾਲਾ, ਉੱਥੋਂ ਦਾ ਮਨਦੀਪ ਬਰਾੜ ਜਿਹੜਾ ਸਰਪੰਚੀ ਦੇ ਨੋਮੀਨੇਸ਼ਨ ਵਾਸਤੇ ਜਾ ਰਿਹਾ ਸੀ, ਉੱਤੇ ਗੋਲੀਆਂ ਚਲਾਈਆਂ ਅਕਾਲੀ ਦਲ ਦੇ ਗੁੰਡਿਆਂ ਨੇ। ਇਹ ਗੁੰਡਾਗਰਦੀ ਦਾ ਜਿਹੜਾ ਇੱਕ ਰੂਪ ਹੈ ਇਹਨਾਂ ਨੇ ਕੱਲ੍ਹ ਦਿਖਾਇਆ, ਇਹ ਇਹਨਾਂ ਦੀ ਪਰੰਪਰਾ ਰਹੀ ਅਕਾਲੀ ਕਾਂਗਰਸੀ ਭਾਜਪਾ ਵਾਲਿਆਂ ਦੀ। ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਤੇ ਅਕਾਲੀ ਦਲ ਨੇ ਪਲਟਵਾਰ ਕੀਤਾ ਤੇ BDPO ਦਫ਼ਤਰ 'ਚ ਵਾਪਰੀ ਘਟਨਾ ਦੇ ਸਬੂਤਾਂ ਦੀ ਮੰਗ ਕੀਤੀ ਹੈ। ਆਪ ਤੇ ਅਕਾਲੀ ਦਲ ਦੇ ਵਰਕਰਾਂ ਨੂੰ ਝੂਠੇ ਕੇਸਾਂ 'ਚ ਦੇ ਇਲਜ਼ਾਮ ਤੇ ਸੀ ਦੇ ਲਈ ਲੱਗੀਆਂ ਬੋਲੀਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਪਰ ਇਹਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਝੂਠਾ ਫਸਾਇਆ ਜਾ ਰਿਹਾ। ਇਹ ਆਮ ਆਦਮੀ ਪਾਰਟੀ ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਵਿਰੋਧ ਕਰ ਰਹੇ ਨੇ, ਕਿਉਂਕਿ ਸਰਪੰਚੀਆਂ ਵੇਚੀਆਂ ਜਾ ਰਹੀਆਂ ਨੇ। ਸਰਪੰਚ ਡੈਮੋਕ੍ਰੈਟਿਕਲੀ ਚੁਣਨੇ ਨਹੀਂ ਚਾਹ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ। ਸਰਪੰਚੀਆਂ ਦੀਆਂ ਬੋਲੀਆਂ ਲਾ ਕੇ ਆਪਦੇ ਚਹੇਤਿਆਂ ਨੂੰ ਉਹਨਾਂ 'ਤੇ ਕਾਬਜ਼ ਕਰਾਇਆ ਜਾ ਰਿਹਾ ਅਤੇ MLA ਅਤੇ ਜਿਹੜੇ ਅਫਸਰ ਨੇ ਉਹ ਆਪਣੀਆਂ ਜੇਬਾਂ ਭਰ ਰਹੇ ਨੇ। ਇਹ ਅੱਜ ਪੰਜਾਬ ਦੇ ਅਸਲ ਹਾਲਾਤ ਨੇ। ਜ਼ਿਕਰਯੋਗ ਹੈ ਕਿ ਇਹ ਘਟਨਾ ਬੀਤੇ ਰਾਤ ਉਸ ਸਮੇਂ ਵਾਪਰੀ ਸੀ ਜਦ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਰਕਰ ਪੰਚਾਇਤੀ ਚੋਣਾਂ ਦੇ ਸਿਲਸਿਲੇ 'ਚ BDPO ਦਫ਼ਤਰ ਆਏ ਸਨ, ਜਿੱਥੇ ਤਕਰਾਰ ਤੋਂ ਬਾਅਦ ਗੋਲੀ ਚੱਲ ਗਈ। ਇਸ ਮਾਮਲੇ 'ਚ ਪੁਲਿਸ ਨੇ ਬੌਬੀ ਮਾਨ ਤੇ ਨੋਨੀ ਮਾਨ ਤੇ ਕੇਸ ਦਰਜ ਕੀਤਾ। ਬੌਬੀ ਮਾਨ ਇਸੇ ਸਾਲ ਹੋਈਆਂ ਲੋਕ ਸਭਾ ਚੋਣਾਂ 'ਚ ਫਿਰੋਜ਼ਪੁਰ ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੇ ਸਨ। ਬਿਊਰੋ ਰਿਪੋਰਟ, News18 ਪੰਜਾਬ। ਖੈਰ, ਮੁੱਦਾ ਸਰਪੰਚੀ ਦਾ ਅਤੇ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਤਕਰਾਰਬਾਜ਼ੀ ਤਾਂ ਬਹੁਤ ਦੇਖਣ ਨੂੰ ਮਿਲਦੀ ਹੈ, ਇਹ ਪਹਿਲਾਂ ਜਿਹੜੀਆਂ ਚੋਣਾਂ ਹੋਈਆਂ ਉਸ ਦੇ ਵਿੱਚ ਵੀ, ਪਰ ਮੌਜੂਦਾ ਸਮੇਂ ਦੇ ਵਿੱਚ ਇਹ ਗੋਲੀ ਚੱਲਣ ਵਾਲੀ ਘਟਨਾ ਜ਼ਰੂਰ ਸਾਹਮਣੇ ਆਈ ਹੈ। ਖੈਰ, ਚਿੰਤਾ ਦਾ ਵਿਸ਼ਾ, ਪਰ ਦੂਜੇ ਪਾਸੇ ਇਸ ਮੁੱਦੇ ਉੱਤੇ ਖੂਬ ਸਿਆਸਤ ਵੀ ਹੋ ਰਹੀ ਹੈ। ਆਪੋ ਆਪਣੇ ਇਲਜ਼ਾਮ ਨੇ ਆਮ ਆਦਮੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦਿੱਤੇ ਜਾਂਦੇ ਭਰੋਸਿਆਂ ਦੀ, ਕੀਤੇ ਜਾਂਦੇ ਵਾਅਦਿਆਂ ਦੀ।
ਜਾਂ ਆਮ ਆਦਮੀ ਪਾਰਟੀ ਦੇ ਜਨਤਾ ਦੇ ਦਰਬਾਰ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਲੈ ਕੇ ਸਿਆਸਤ ਗਰਮਾਈ ਹੋਈ। ਉਸ ਦੀਆਂ ਰਿਓੜੀਆਂ ਦਾ ਜ਼ਿਕਰ ਕਰਦੇ ਹੋਏ ਬੀਜੇਪੀ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈਂਦੀ ਹੈ ਤਾਂ ਅਰਵਿੰਦ ਕੇਜਰੀਵਾਲ ਨੇ ਖੁੱਲ੍ਹੇਆਮ ਐਲਾਨ ਦੇ ਦੌਰਾਨ ਜਦੋਂ ਬੋਲਣ ਦੀ ਵਾਰੀ ਅਰਵਿੰਦ ਕੇਜਰੀਵਾਲ ਦੀ ਆਈ ਤਾਂ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਦੇ ਨਾਲ ਵਾਅਦਾ ਕਰਦੇ ਹੋਏ ਐਲਾਨ ਕੀਤਾ ਕਿ ਆਪ ਜਨਤਾ ਨੂੰ ਮੁਫ਼ਤ ਬਿਜਲੀ, ਮੁਫ਼ਤ ਪਾਣੀ, ਬਜ਼ੁਰਗਾਂ ਦੇ ਲਈ ਮੁਫ਼ਤ ਤੀਰਥ ਯਾਤਰਾ ਦਾ ਪ੍ਰਬੰਧ ਕਰੇਗੀ, ਮਹਿਲਾਵਾਂ ਲਈ ਮੁਫ਼ਤ ਬੱਸ ਯਾਤਰਾ, ਮੁਫ਼ਤ ਸਿੱਖਿਆ, ਮੁਫ਼ਤ ਇਲਾਜ ਹੋਵੇਗਾ। ਕੇਜਰੀਵਾਲ ਨੇ ਹਰ ਮਹਿਲਪੇ ਦੇਣ ਦੀ ਗੱਲ ਕਹੀ। इसमें छह मुफ्त की रेवड़ी है, कौन कौन सी है? पहली रेवड़ी मुफ्त बिजली, तीसरी रेवड़ी बुजुर्गों के लिए मुफ्त तीर्थ यात्रा, चौथी रेवड़ी महिलाओं के लिए मुफ्त बस यात्रा, पांचवी रेवड़ी सब फ्री और शिक्षा, छठी रेवड़ी सबके लिए मुफ्त और अच्छा इलाज। ये छह रेवड़ी दे रहा हूँ, सातवीं रेवड़ी आने। ਉੱਥੇ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਨੂੰ ਵੀ ਚੈਲੰਜ ਕਰ ਦਿੱਤਾ ਕਿ ਬੀਜੇਪੀ ਸ਼ਾਸਤ ਸੂਬਿਆਂ ਦੇ ਵਿੱਚ ਬਿਜਲੀ ਮੁਫ਼ਤ ਕਰਕੇ ਵਿਖਾ। ਦਿੱਲੀ ਕੋ ਕਹਿਤਾ ਹੂੰ ਚਲੋ ਕੁਛ ਨਹੀਂ ਇੱਕ ਹੀ ਕਾਮ ਕਰ ਦੋ, ਫਰਵਰੀ ਮੇਂ ਦਿੱਲੀ ਕੇ ਚੁਣਾਵ ਹੈ, ਫਰਵਰੀ ਕੇ ਪਹਿਲੇ ਇਨ 22 ਕੇ 22 ਰਾਜਿਓ ਮੇਂ ਬਿਜਲੀ ਮੁਫ਼ਤ ਕਰ ਦੋ, ਦਿੱਲੀ ਕੇ ਚੁਣਾਵ ਮੇਂ ਮੋਦੀ ਜੀ ਕਾ ਪ੍ਰਚਾਰ ਕਰੂੰਗਾ ਮੈਂ। ਤਾਂ ਜਦੋਂ ਕੇਜਰੀਵਾਲ ਨੇ ਵੱਡੇ ਐਲਾਨ ਕੀਤੇ ਤਾਂ ਉੱਧਰ ਵਿਰੋਧੀਆਂ ਨੇ ਆਪ ਦੇ ਜਨਤਾ ਦਾ ਦਰਬਾਰ ਨੂੰ ਲੈ ਕੇ ਹੀ ਸਵਾਲ ਖੜੇ ਕਰ ਦਿੱਤੇ। ਬਿਜਲੀ 5 ਰੁਪਏ ਪ੍ਰਤੀ ਯੂਨਿਟ ਕਾ ਐਵਰੇਜ ਬਿਲਿੰਗ ਰੇਟ ਹੋਤਾ ਥਾ ਦਿੱਲੀ ਕਾ, ਆਜ ਉਹ 10 ਰੁਪਏ ਹੋ ਗਿਆ, ਕੌਣ ਜ਼ਿੰਮੇਦਾਰ ਹੈ? ਆਪਨੇ ਵਾਅਦਾ ਤੋ ਕੀਆ ਥਾ ਕਿ ਹਮ ਮਾਫ ਕਰੇਂਗੇ, ਹੋ ਗਿਆ ਉਸਕਾ ਡਬਲ, ਤੋ ਇਸਕਾ ਜ਼ਿੰਮੇਦਾਰ ਕੌਣ ਹੈ? ਔਰ ਯੇ ਜਨਤਾ ਦੇਖ ਰਹੀ ਹੈ। ਇਸ ਲਈ ਯੇ ਕੋਈ ਜਨਤਾ ਕੀ ਅਦਾਲਤ ਨਹੀਂ ਹੈ, ਯੇ ਸ਼ਰਾਬ ਕੇ ਠਗੇ ਹੋਏ ਪੈਸੇ, ਲੁੱਟੇ ਹੋਏ ਪੈਸੇ, ਦਿੱਲੀ ਕੋ ਜੋ ਲੁੱਟ ਕਰ ਉਹਨੂੰ ਲੈ ਕੇ ਆਏ ਹੈ, ਉਸਕੇ ਉੱਪਰ ਪਰਦਾ ਡਾਲਨੇ ਕੀ ਕੋਸ਼ਿਸ਼। ਜ਼ਿਕਰਯੋਗ ਹੈ ਕਿ ਅਗਲੇ ਸਾਲ ਫਰਵਰੀ ਮਹੀਨੇ ਦੇ ਵਿੱਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ, ਤਾਂ ਇਸ ਦੇ ਵਿਚਾਲੇ ਆਪ ਨੇ ਲੋਕਾਂ ਨੂੰ ਲਭਾਉਣ ਦੇ ਲਈ ਵੱਡਾ ਦਾਅ ਖੇਡਿਆ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਪਰ ਸਵਾਲ ਇਹ ਕਿ ਬਾਕੀ ਹੁਣ ਤੱਕ ਰੇਵੜੀ ਸ਼ਬਦ ਦਾ ਇਸਤੇਮਾਲ ਸਿਆਸੀ ਤੌਰ ਤੇ ਦੂਜਿਆਂ ਨੂੰ ਘੇਰਨ ਦੇ ਲਈ ਕੀਤਾ ਜਾਂਦਾ ਸੀ, ਪਰ ਅਰਵਿੰਦ ਕੇਜਰੀਵਾਲ ਦੇ ਲਈ ਅਸੀਂ ਚੋਣਾਂ ਦੇ ਵਿੱਚ ਲੈ ਕੇ ਆਏ ਹਾਂ ਤਾਂ ਇਸਦੇ ਬਹੁਤ ਸਾਰੇ ਮਾਇਨੇ ਕੱਢੇ ਜਾ ਰਹੇ ਨੇ। ਖੈਰ ਦੇਖਣਾ ਹੋਏਗਾ ਕਿ ਦਿੱਲੀ ਦੀ ਜਨਤਾ ਕਿਸ ਤਰੀਕੇ ਨਾਲ ਆਪਣਾ ਫੈਸਲਾ ਸੁਣਾਉਂਦੀ ਹੈ। ਇਹ ਵੀ ਕਾਬਲੇ ਗੌਰ ਹੈ ਕਿ ਫਰਵਰੀ 2025 ਯਾਨੀ ਕਿ ਕਰੀਬ ਕਰੀਬ ਤੁਸੀਂ 3-4 ਮਹੀਨੇ ਕਹਿ ਸਕਦੇ ਹੋ ਜਦੋਂ ਦਿੱਲੀ ਦੇ ਵਿੱਚ ਇਲੈਕਸ਼ਨ ਹੋਣਗੀਆਂ। ਹੁਣ ਅੱਗੇ ਵੱਧਦੇ ਅਗਲੀ ਖਬਰ ਦਾ ਰੁੱਖ ਕਰਦੇ ਹਾਂ। ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਪਰਾਲੀ ਸਾੜਨ ਦਾ ਜਿਹੜਾ ਮਾਮਲਾ ਹੈ ਉਸਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਯੋਜਨਾ ਲਿਆਂਦੀ ਗਈ ਹੈ। ਯੋਜਨਾ ਦਾ ਨਾਮ ਹੈ ਫਸਲੀ ਰਹਿੰਦ ਖੂੰਹਦ ਪ੍ਰਬੰਧਨ ਕਰਜ਼ਾ ਯੋਜਨਾ। ਪਰਾਲੀ ਦੇ ਲਈ ਕਿਸਾਨਾਂ ਨੂੰ ਸਬਸਿਡੀ ਦੇ ਉੱਤੇ ਮਸ਼ੀਨਰੀ ਮਿਲੇਗੀ। ਇਹ ਸੀਐਮ ਦੇ ਵੱਲੋਂ ਮੀਟਿੰਗ ਤੋਂ ਬਾਅਦ ਬਿਆਨ ਜਾਰੀ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ 50-80% ਸਬਸਿਡੀ ਅਸੀਂ ਦੇਵਾਂਗੇ ਤਾਂ ਕਿ ਉਹ ਮਸ਼ੀਨਰੀ ਲੈ ਸਕਣ ਅਤੇ ਉਸ ਮਸ਼ੀਨਰੀ ਦੇ ਨਾਲ ਜਿਹੜੀ ਰਹਿੰਦ ਖੂੰਹਦ ਹੈ ਫਸਲ ਦੀ, ਖਾਸ ਤੌਰ 'ਤੇ ਝੋਨੇ ਦੀ ਫਸਲ ਦੀ ਰਹਿੰਦ ਖੂੰਹਦ ਜਿਹੜੀ ਹੈਗੀ ਹੈ ਉਸਦਾ ਨਿਪਟਾਰਾ ਕੀਤਾ ਜਾ ਸਕੇ। ਉਹਨਾਂ ਨੇ ਇਹ ਵੀ ਕਿਹਾ ਸੀਐਮ ਨੇ ਕਿ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਸਰਕਾਰ ਵਚਨਬੱਧ ਹੈ, ਕਿਸਾਨ ਇਸ ਸਕੀਮ ਦਾ ਸਭ ਤੋਂ ਵੱਧ ਲਾਭ ਲੈਣ। ਫਿਲਹਾਲ ਇਹ ਯੋਜਨਾ ਸਹਿਕਾਰੀ ਬੈਂਕ ਚੰਡੀਗੜ੍ਹ ਅਤੇ 802 ਜ਼ਿਲ੍ਹਾ ਸਹਿਕਾਰੀ ਬੈਂਕ ਦੇ ਵਿੱਚ ਸ਼ੁਰੂ ਕੀਤੀ ਗਈ ਹੈ। ਲੋਨ ਚੁਕਾਉਣ ਦਾ ਸਮਾਂ 5 ਸਾਲ ਦਾ ਹੋਵੇਗਾ, ਇਸ ਨੂੰ 10 ਕਿਸ਼ਤਾਂ 'ਤੇ ਵੀ ਚੁਕਾਇਆ ਜਾ ਸਕਦਾ ਹੈ। ਤਾਂ ਕਾਬਲੇ ਗੌਰ ਇਹ ਹੈ ਕਿ ਪਰਾਲੀ ਇੱਕ ਵਾਰ ਫਿਰ ਤੋਂ ਸਮੱਸਿਆ ਦੇ ਤੌਰ ਦੇ ਉੱਤੇ ਸਾਡੇ ਸਾਰਿਆਂ ਦੇ ਸਾਹਮਣੇ ਜ਼ਰੂਰ ਹੋਏਗੀ, ਖਾਸ ਤੌਰ 'ਤੇ ਕਿਸਾਨਾਂ ਦੇ ਸਾਹਮਣੇ। ਔਰ ਕਿਉਂਕਿ ਝੋਨੇ ਦੀ ਇਸ ਸਮੇਂ ਵਾਢੀ ਦਾ ਸੀਜ਼ਨ ਆਲਮੋਸਟ ਸ਼ੁਰੂ ਹੋ ਚੁੱਕਿਆ, ਝੋਨੇ ਦੀ ਕਟਾਈ ਹੋ ਰਹੀ ਹੈ, ਅਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਪਰਾਲੀ ਕਰਕੇ ਧੂੰਏ ਦਾ ਜ਼ਿਕਰ ਬਹੁਤ ਹੋਏਗਾ, ਔਰ ਖਾਸ ਤੌਰ 'ਤੇ ਦਿੱਲੀ ਦੀਆਂ ਫਿਜ਼ਾਵਾਂ ਦੇ ਵਿੱਚ। ਤਾਂ ਉਸ ਨੂੰ ਲੈ ਕੇ ਇਹ ਪ੍ਰਬੰਧਨ ਯੋਜਨਾ ਲਿਆਂਦੀ ਗਈ ਹੈ ਸਰਕਾਰ ਦੇ।
ਅੰਮ੍ਰਿਤਸਰ ਦੀ ਪਿੰਡ ਜਗਦੀਪ ਕਲਾਂ ਦੇ ਵਿੱਚ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਰਬਸੰਮਤੀ ਨਾਲ ਚੁਣੀ ਗਈ ਹੈ ਗ੍ਰਾਮ ਪੰਚਾਇਤ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ। ਜਗਰਾਉਂ ਦੇ ਪਿੰਡ ਅਮਰਗੜ੍ਹ ਖਲੇਟ ਦੇ ਵਿੱਚ ਵਿਧਾਇਕ ਸਰਬਜੀਤ ਕੌਰ ਮਾਣੂਕੇ ਅਤੇ ਪੰਚਾਇਤੀ ਚੋਣਾਂ ਦੇ ਚੱਲਦੇ ਧੱਕਾਸ਼ਾਹੀ ਦੇ ਲਗਾਏ ਇਲਜ਼ਾਮ। ਪਿੰਡ ਵਾਸੀਆਂ ਨੇ ਪਿੰਡ ਦਾ ਮਾਹੌਲ ਖਰਾਬ ਕਰਨ ਨੂੰ ਲੈ ਕੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਕੀਤੀ ਮੰਗ। ਸਮਾਣਾ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ 406 ਸਰਪੰਚੀ ਚੋਣਾਂ ਲੜਨ ਵਾਲੇ ਪ੍ਰਸ਼ਾਸਨ ਦੇ ਵੱਲੋਂ ਉਮੀਦਵਾਰਾਂ ਦੇ ਕਾਗਜ਼ ਕੀਤੇ ਗਏ ਖਾਰਜ। ਕਾਗਜ਼ਾਂ ਦੀ ਪੜਤਾਲ ਕਰਨ ਤੋਂ ਬਾਅਦ ਨਾਮ ਆਏ ਸਾਹਮਣੇ। ਪਬਲਿਕ ਕਾਲਜ ਦੇ ਬਾਹਰ ਲਗਾਈ ਗਈ ਲਿਸਟ। ਦੜਬਾ ਦੇ ਪਿੰਡ ਸਿਹਾਲ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ, ਗੁਰੂ ਘਰ ਦੇ ਵਿੱਚ ਸਰਪੰਚ ਅਤੇ 7 ਮੈਂਬਰਾਂ ਦੀ ਚੋਣ ਕਰਕੇ ਕਰਵਾਇਆ ਗਿਆ ਪਾਠ। ਨਵੀਂ ਚੁਣੀ ਪੰਚਾਇਤ ਦਾ ਕੀਤਾ ਗਿਆ ਮਾਣ ਸਨਮਾਨ। ਰਾਜਪੁਰਾ ਦੇ ਪਿੰਡ ਸੂਰਲ ਨਲਾਸ ਅਤੇ ਕਈ ਹੋਰ ਪਿੰਡਾਂ ਦੇ ਸਰਪੰਚੀ ਕਾਗਜ਼ ਹੋਏ ਰੱਦ। ਪਿੰਡ ਵਾਸੀਆਂ ਨੇ ਧਰਨਾ ਲਗਾ ਕੇ ਰਾਹ ਕੀਤਾ ਜਾਮ। 4 ਤਰੀਕ ਨੂੰ ਜਵਾਏ ਗਏ ਸਨ ਕਾਨੂੰਨੀ ਮਾਨ ਅਤੇ ਬੌਬੀ ਮਾਨ ਦੇ ਖਿਲਾਫ਼ ਕੇਸ। 20 ਅਣਪਛਾਤੇ ਲੋਕਾਂ 'ਤੇ ਦਰਜ ਹੋਈ FIR। ਜਲਾਲਾਬਾਦ ਫਾਇਰਿੰਗ ਕੇਸ ਦੇ ਉੱਤੇ ਸਿਆਸੀ ਘਮਸਾਣ ਜਾਰੀ। ਅਕਾਲੀ ਆਗੂ ਨੌਨੀ ਮਾਨ ਅਤੇ ਆਮ ਆਦਮੀ ਪਾਰਟੀ ਦੇ ਸਰਪੰਚੀ ਉਮੀਦਵਾਰ ਨੂੰ ਗੋਲੀ ਮਾਰਨ ਦੇ ਇਲਜ਼ਾਮ। ਆਪ ਬੋਲੀ, ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਹੋ ਰਹੀ ਹੈ ਕੋਸ਼ਿਸ਼। ਫਿਰੋਜ਼ਪੁਰ ਦੇ ਵਿੱਚ ਪੁਲਿਸ ਮੁਲਾਜ਼ਮਾਂ 'ਤੇ ਫਾਇਰਿੰਗ ਦੇ ਇਲਜ਼ਾਮ। ਜੋੜ ਮਿਲੇ ਤੋਂ ਘਰ ਪਰਤ ਰਹੇ 4 ਬਾਈਕ ਸਵਾਰਾਂ ਸਣੇ ਇੱਕ ਮਹਿਲਾ ਜ਼ਖਮੀ। ਪੁਲਿਸ ਬੋਲੀ, ਪਿੰਡ ਦੇ ਕੁਝ ਲੋਕਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਬਣਾਇਆ ਸੀ ਬੰਧਕ। ਲੁਧਿਆਣਾ 'ਚ ਜਗਰਾਤੇ ਦੌਰਾਨ ਵੱਡਾ ਹਾਦਸਾ। ਤੇਜ਼ ਹਨੇਰੀ ਤੂਫਾਨ ਦੇ ਨਾਲ ਡਿੱਗੇ ਲੋਹੇ ਦੇ ਵੱਡੇ ਪਿੱਲਰ। ਹਾਦਸੇ 'ਚ 2 ਮਹਿਲਾਵਾਂ ਦੀ ਮੌਤ, 15 ਤੋਂ ਜ਼ਿਆਦਾ ਜ਼ਖਮੀ। ਮੋਹਾਲੀ ਦੇ ਨਾਮੀ ਰੈਸਟੋਰੈਂਟ ਦੇ ਖਾਣੇ ਦੇ ਵਿੱਚੋਂ ਦੰਦ ਨਿਕਲਣ ਦੇ ਇਲਜ਼ਾਮ। ਪਰਿਵਾਰ ਨੇ ਆਨਲਾਈਨ ਆਰਡਰ ਕੀਤਾ ਸੀ ਕੜਾਹੀ ਪਨੀਰ। ਸ਼ਿਕਾਇਤਕਰਤਾ ਨੇ ਰੈਸਟੋਰੈਂਟ ਪਹੁੰਚ ਕੇ ਕੀਤਾ ਹੰਗਾਮਾ। 5,000 ਕਰੋੜ ਦੀ ਡਰੱਗ ਸਿੰਡੀਕੇਟ ਮਾਮਲੇ 'ਚ ਦਿੱਲੀ ਪੁਲਿਸ ਦਾ ਵੱਡਾ ਐਕਸ਼ਨ। ਅੰਮ੍ਰਿਤਸਰ ਤੋਂ 10 ਕਰੋੜ ਰੁਪਏ ਦੀ ਕੋਕੇਨ ਬਰਾਮਦ। ਮੁਲਜ਼ਮ ਜਤਿੰਦਰ ਜੱਸੀ ਦੇ ਚਾਚੇ ਦੇ ਘਰੋਂ ਮਿਲਿਆ ਨਸ਼ਾ। ਮੁੰਬਈ ਦੇ ਚੇਂਬੂਰ ਇਲਾਕੇ ਦੇ ਵਿੱਚ ਵੱਡਾ ਹਾਦਸਾ। ਘਰ ਨੂੰ ਲੱਗੀ ਭਿਆਨਕ ਅੱਗ। 3-7 ਲੋਕ ਧਾਰ। 5 ਸਾਲ ਦੇ ਮਾਸੂਮ ਦੀ ਬੁਰੀ ਤਰ੍ਹਾਂ ਕੀਤੀ ਸੀ ਕੁੱਟਮਾਰ। ਰਾਹ ਦੇ ਵਿੱਚ ਕੁੱਤੇ ਨੂੰ ਭੌਂਕਦਾ ਦੇਖ ਕੇ ਬੱਚਾ ਕਰ ਰਿਹਾ ਸੀ ਉਸਦੀ ਨਕਲ। ਦੜਬਾ ਦੇ ਪਿੰਡ ਜਨਾਲ ਦੇ ਵਿੱਚ ਪਰਿਵਾਰ 'ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹੋਇਆ ਹਮਲਾ। ਪਰਿਵਾਰ ਦੇ 7 ਲੋਕ ਗੰਭੀਰ ਜ਼ਖਮੀ। ਪੁਲਿਸ ਨੇ 6 ਲੋਕਾਂ ਖਿਲਾਫ਼ ਮਾਮਲਾ ਕੀਤਾ ਦਰਜ। ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਹਸਪਤਾਲ ਦੇ ਬਾਹਰ ਫਾਇਰਿੰਗ ਮਾਮਲੇ 'ਚ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ। ਪੈਸੇ ਦੇ ਲੈਣ ਦੇਣ ਨੂੰ ਲੈ ਕੇ ਕਰ ਰਹੇ ਸਨ ਬਹਿਸ। ਚੱਲੀਆਂ ਗੋਲੀਆਂ। ਪੁਲਿਸ ਨੇ 1 ਪਿਸਤਲ, ਕੱਟਾ ਅਤੇ 7 ਕਾਰਤੂਸ ਕਿਤੇ ਬਰਾਮਦ। ਮੋਗਾ 'ਚ ਕੱਪੜਾ ਵਪਾਰੀ ਦੀ ਬੇਟੀ ਨੇ ਖੁਦ ਨੂੰ ਮਾਰੀ ਗੋਲੀ। ਗੋਲੀ ਮਾਰਨ ਦੇ ਕਾਰਨਾਂ ਦਾ ਅੱਜ ਤੱਕ ਨਹੀਂ ਹੋਇਆ ਖੁਲਾਸਾ। ਪੀੜਤ ਦਾ ਹਸਪਤਾਲ ਦੇ ਵਿੱਚ ਚੱਲ ਰਿਹਾ ਇਲਾਜ। ਬਠਿੰਡਾ ਦੇ ਰਾਮਪੁਰਾ ਫੂਲ ਦੇ ਵਿੱਚ PRTC ਬੱਸ ਦੇ ਉੱਤੇ ਹਮਲਾ। ਨੌਜਵਾਨਾਂ ਨੇ ਬੱਸ ਡਰਾਈਵਰ ਅਤੇ ਕੰਡਕਟਰ 'ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਕਰਕੇ ਕੀਤਾ ਜ਼ਖਮੀ। ਸਾਈਡ ਨਾ ਦੇਣ 'ਤੇ ਬਾਈਕ ਸਵਾਰਾਂ 'ਤੇ ਹਮਲਾ ਕਰਨ ਦਾ ਇਲਜ਼ਾਮ। ਆਸਟ੍ਰੇਲੀਆ ਦੇ ਵਿੱਚ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ। ਦਰਖਤ ਦੇ ਨਾਲ ਟਕਰਾਉਣ ਤੋਂ ਬਾਅਦ ਟਰੱਕ ਨੂੰ ਲੱਗੀ ਅੱਗ। ਆਪਣੀ ਪਤਨੀ ਅਤੇ 1 ਸਾਲ ਦੇ ਬੱਚੇ ਦੇ ਨਾਲ ਆਸਟ੍ਰੇਲੀਆ ਰਹਿੰਦਾ ਸੀ ਮ੍ਰਿਤਕ। ਸੁਲਤਾਨਪੁਰ ਲੋਧੀ ਦੇ ਵਿੱਚ 2 ਮੋਟਰਸਾਈਕਲਾਂ ਦੀ ਆਮੋ ਸਾਹਮਣੇ ਟੱਕਰ। ਹਾਦਸੇ ਦੇ ਵਿੱਚ 3 ਨੌਜਵਾਨਾਂ ਦੀ ਮੌਤ, 2 ਗੰਭੀਰ ਜ਼ਖਮੀ। ਗੁਰਦਾਸਪੁਰ ਦੇ ਕਾਦੀਆਂ ਦੇ ਵਿੱਚ ਚੋਰਾਂ ਨੇ ਦੇਰ ਰਾਤ 2 ਕਾਰਾਂ ਨੂੰ ਬਣਾਇਆ ਨਿਸ਼ਾਨਾ। ਮੋਟਰਸਾਈਕਲ ਚੋਰੀ ਕਰਨ ਆਏ ਸਨ ਮੁਲਜ਼ਮ। 1 ਗੱਡੀ ਨਾਲੀ 'ਚ ਫਸਣ ਕਾਰਨ ਛੱਡੀ ਗੱਡੀ। ਦਿੱਲੀ 'ਚ ਫੁੱਟਪਾਥ 'ਤੇ ਸੌਂ ਰਹੇ ਸ਼ਖਸ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ। 1 ਦਿਨ ਪਹਿਲਾਂ ਹੀ ਕਿਸੇ ਗੱਲ ਨੂੰ ਲੈ ਕੇ ਹੋਇਆ ਸੀ ਝਗੜਾ। ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ। ਦਿੱਲੀ ਦੇ ਮਾਡਲ ਟਾਊਨ ਇਲਾਕੇ ਦੀ ਘਟਨਾ। ਦਿੱਲੀ ਦੇ ਸ਼ਾਦਰਾ ਦੇ ਵਿੱਚ ਰਾਮਲੀਲਾ ਕਰ ਰਹੇ ਕਲਾਕਾਰ ਦੀ ਹੋਈ ਮੌਤ। ਨਾਟਕ ਕਰਦੇ ਸਮੇਂ ਪਿਆ ਦਿਲ ਦਾ ਦੌਰਾ। ਰਾਮਲੀਲਾ 'ਚ ਰਾਮ ਦਾ ਰੋਲ ਨਿਭਾ ਰਿਹਾ ਸੀ ਵਿਅਕਤੀ। ਰਾਮਪੁਰਾ 'ਚ ਗਊ ਸੁਰੱਖਿਆ ਦਲ ਨੇ ਨਕਲੀ ਪਨੀਰ ਵੇਚਣ ਵਾਲੇ 5 ਲੋਕਾਂ ਨੂੰ ਕੀਤਾ ਕਾਬੂ। 5 ਕੁਇੰਟਲ ਨਕਲੀ ਪਨੀਰ ਵੀ ਕੀਤਾ ਜ਼ਬਤ। ਪੁਲਿਸ ਨੇ 5 ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਕੀਤਾ ਦਰਜ। ਪੰਜਾਬ ਕੇਡਰ ਦੇ
IAS ਅਮਿਤ ਕੁਮਾਰ ਚੰਡੀਗੜ੍ਹ ਨਿਗਮ ਕਮਿਸ਼ਨਰ ਨਿਯੁਕਤ। ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਆਦੇਸ਼, 2008 ਬੈਚ ਦੇ IAS ਨੇ ਡੇਰਾਬਾਮੀ ਫਸਲਾਂ ਅਤੇ ਸਬਜ਼ੀਆਂ ਦਾ ਕੀਤਾ ਭਾਰੀ ਨੁਕਸਾਨ, ਕਈ ਥਾਵਾਂ ਦੇ ਉੱਤੇ ਦਰਖਤ ਵੀ ਟੁੱਟੇ, ਸੜਕਾਂ 'ਤੇ ਲੱਗਿਆ ਭਾਰੀ ਜਾਮ। ਇੱਕ ਅਜਿਹਾ ਪਿੰਡ ਦਿਖਾਉਂਦੇ ਹਾਂ ਜਿੱਥੇ ਹੁਣ ਤੱਕ ਸਰਪੰਚੀ ਦੇ ਲਈ ਚੋਣ ਹੀ ਨਹੀਂ ਹੋਈ ਅਤੇ ਪਿੰਡ ਪੰਚ ਚੁਣੇ ਜਾਂਦੇ ਨੇ। ਸਨੌਰ ਹਲਕੇ ਦੇ ਭੁੰਨਰਹੇੜੀ ਬਲਾਕ ਦਾ ਇਹ ਪਿੰਡ ਪੰਚੀ ਦੇ ਲਈ ਤਾਂ ਲੋਕਾਂ ਨੇ ਵੋਟਾਂ ਪਾਈਆਂ ਹੀ ਨਹੀਂ, ਕਿਉਂਕਿ ਕਦੇ ਵੋਟਾਂ ਦੀ ਜ਼ਰੂਰਤ ਪਈ ਹੀ ਨਹੀਂ। ਉਹਦੀ ਵਜ੍ਹਾ ਇਹ ਹੈ ਕਿ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚ ਵੀ ਚੁਣ ਲਏ ਜਾਂਦੇ ਨੇ ਅਤੇ ਸਰਪੰਚ ਵੀ ਚੁਣ ਲਿਆ ਜਾਂਦਾ। ਤਾਂ ਮਿਸਾਲ ਹੈ ਪੰਜਾਬ ਭਰ ਦੇ ਪਿੰਡਾਂ ਦੇ ਲਈ ਪਟਿਆਲਾ ਦਾ ਪਿੰਡ ਉਲਟਪੁਰ। ਸਾਡੇ ਪਿੰਡ ਦਾ ਨਾਮ ਹੈ ਜੀ ਉਲਟਪੁਰ। ਜਦੋਂ ਦਾ ਪੰਚਾਇਤੀ ਰਾਜ ਸਿਸਟਮ ਇੰਟਰੋਡਿਊਸ ਕੀਤਾ ਹੈ ਗਵਰਨਮੈਂਟ ਆਫ ਇੰਡੀਆ ਨੇ 1959 ਤੋਂ, ਉਦੋਂ ਤੋਂ ਅੱਜ ਤੱਕ ਜਿੰਨੀਆਂ ਵੀ ਪੰਚਾਇਤਾਂ ਚੁਣੀਆਂ ਗਈਆਂ ਨੇ ਉਹ ਵਿਦਾਊਟ ਇਲੈਕਸ਼ਨ ਚੁਣੀਆਂ ਗਈਆਂ ਨੇ ਜੀ। ਸਾਰੀਆਂ ਸਰਬਸੰਮਤੀ ਨਾਲ ਅਨੋਨਿਮਸਲੀ ਚੁਣੀਆਂ ਗਈਆਂ ਨੇ ਜੀ। ਔਰ ਡਿਵੈਲਪਮੈਂਟ ਦੇ ਲਈ ਜੀ ਸਾਡਾ ਜਿਹੜਾ ਪਿੰਡ ਹੈ ਆਖਰੀ ਪਿੰਡ ਹੈ ਪੰਜਾਬ ਦੇ ਵਿੱਚ, ਇਸ ਤੋਂ ਅੱਗੇ ਹਰਿਆਣੇ ਦਾ ਬਾਰਡਰ ਹੈ। ਉਹ ਇੱਕ ਪਾਸੇ ਸਾਡੇ ਹੈਗਾ ਜੀ ਘੱਗਰ ਨਦੀ ਹੈ, ਦੂਜੇ ਪਾਸੇ ਮੀਰਾਪੁਰ ਚੋ ਹੈ। ਹਰ ਵਾਰੀ ਪਾਣੀ ਦੀ ਬਹੁਤ ਮਾਰ ਹੁੰਦੀ ਹੈ। ਇੱਕ ਤਾਂ ਸਾਨੂੰ ਇਹਦਾ ਕੋਈ ਸਲਿਊਸ਼ਨ, ਅਸੀਂ ਰਿਕੁਐਸਟ ਕਰਾਂਗੇ ਸਰਕਾਰ ਨੂੰ ਵੀ ਇਹਦਾ ਇੱਕ ਪਰਮਾਨੈਂਟ ਸਲਿਊਸ਼ਨ ਬਣਾਇਆ ਜਾਏ ਤਾਂ ਕਿ ਇਸ ਏਰੀਏ ਦੇ ਵਿੱਚ ਹੀ ਇਹਦੀ ਫਸਲ ਖਰਾਬ ਨਾ ਹੋਏ ਪਾਣੀ ਕਰਕੇ। ਇਸ ਤੋਂ ਇਲਾਵਾ ਡਰਿੰਕਿੰਗ ਵਾਟਰ ਦੀ ਇੱਕ ਹੈਗੀ ਹੈ ਜੀ ਪ੍ਰੋਬਲਮ, ਜਿਹੜਾ ਸਾਡਾ ਛੱਪੜ ਹੈਗਾ ਜੀ ਉਹਦੀ ਸਾਫ਼ ਸਫਾਈ, ਉਹਦੀ ਚਾਰ ਦੀਵਾਰੀ ਵਗੈਰਾ ਉਹ ਹੈਗੀ ਹੈ ਜੀ। ਬਾਕੀ ਅਸੀਂ ਹੁਣ ਜਿਵੇਂ ਬੈਠਾਂਗੇ ਜਦੋਂ ਸਾਰੇ ਪਿੰਡ ਦੀ ਅਸੀਂ ਸਲਾਹ ਲਵਾਂਗੇ, ਹਰੇਕ ਦੇ ਅਸੀਂ ਪੁੱਛਾਂਗੇ ਵੀ ਹੋਰ ਕੀ ਮੁੱਦੇ ਜੋ ਹੈਗੇ ਆ ਉਹ ਅਸੀਂ ਸਰਕਾਰ ਅੱਗੇ ਰੱਖਾਂਗੇ। ਸਰ ਪਿੰਡ ਦੇ ਵਿੱਚ ਕਿੰਨੀ ਵੋਟਰ ਕਿੰਨੀ ਸਾਡੇ ਪਿੰਡ ਦੇ ਵਿੱਚ ਜੀ 360 ਵੋਟਸ ਹੈਗੀਆਂ ਨੇ ਜੀ ਟੋਟਲ, ਤਕਰੀਬਨ 60 ਕੁ ਘਰ ਨੇ ਜੀ, ਜਿਹੜਾ ਰਕਬਾ ਤਕਰੀਬਨ 400 ਏਕੜ ਹੈਗਾ ਜੀ। ਹਾਂਜੀ, ਫਲੱਡ ਪ੍ਰੋਨ ਏਰੀਆ ਵੀ ਹੈਗਾ ਜੀ, ਇੱਕ ਇਹ ਕਹਿ ਸਕਦੇ ਹਾਂ ਵੀ ਬੀਇੰਗ ਦਾ ਲਾਸਟ ਵਿਲੇਜ ਪੰਜਾਬ ਦੇ ਵਿੱਚ, ਇਸ ਪਾਸੇ ਥੋੜ੍ਹਾ ਇਹ ਬੈਕਵਰਡ ਏਰੀਆ ਵੀ ਅਸੀਂ ਕਹਿ ਸਕਦੇ ਹਾਂ ਜੀ। ਪਰ ਸਾਨੂੰ ਸਰਬਸੰਮਤੀ ਦੇ ਚੁਣਨ ਦੇ ਨਾਲ ਅੱਜ ਤੱਕ ਕਿਸੇ ਵੀ ਸਰਕਾਰ ਨੇ ਕੋਈ ਪੈਕੇਜ ਨਹੀਂ ਦਿੱਤਾ। ਮੈਂ ਰਿਕੁਐਸਟ ਕਰਦਾ ਸਰਕਾਰ ਮੂਹਰੇ ਵੀ ਇਸ ਪਿੰਡ ਨੂੰ ਪੈਕੇਜ ਦਿੱਤਾ ਜਾਵੇ ਜਿਹਦੇ ਨਾਲ ਪਿੰਡ ਦਾ ਵਿਕਾਸ, ਪਿੰਡ ਦਾ ਡਿਵੈਲਪਮੈਂਟ। ਗਲੀਆਂ ਨਾਲੀਆਂ ਤਾਂ ਚਲੋ ਬਣਦੀਆਂ ਟੁੱਟਦੀਆਂ ਤਾਂ ਰਹਿੰਦੀਆਂ ਨੇ, ਸਾਡੇ ਪਿੰਡ 'ਚ ਸੀਵਰੇਜ ਨਹੀਂ ਹੈਗਾ, ਸੀਵਰੇਜ ਪੈਣ ਵਾਲਾ, ਛੱਪੜ ਦੀ ਚਾਰ ਦੀਵਾਰੀ ਫਲੱਡਡ ਜਿਹੜਾ ਉਹ ਵੀ ਦੱਸ ਚੁੱਕਾ, ਇਹਦਾ ਕੋਈ ਜਿਹੜਾ ਹੱਲ ਨੂੰ ਕੱਢਣਾ ਚਾਹੀਦਾ। ਸਭ ਤੋਂ ਪਾਣੀ ਵਾਲੀ ਟਹੀ ਆ, ਸਾਡੇ ਪੀਣ ਵਾਲੇ ਪਾਣੀ ਜਿਹੜੇ ਆ ਧਰਤੀ ਤੋਂ ਥੱਲੇ ਚਲੇ ਗਏ ਆ, ਉਹ ਪੀਣ ਯੋਗ ਨਹੀਂ ਰਿਹਾ ਗੰਦਾ। ਤਾਂ ਮਿਸਾਲ ਤਾਂ ਲਾਜ਼ਮੀ ਤੌਰ 'ਤੇ ਇਹ ਪਿੰਡ ਪੰਜਾਬ ਦੇ ਪਿੰਡਾਂ ਦੇ ਲਈ, ਇੱਥੇ ਕਿਸੇ ਨੇ ਪੰਚਾਇਤੀ ਵੋਟ ਦੇ ਸਮੇਂ ਵੋਟਾਂ ਪਾਈਆਂ ਹੀ ਨਹੀਂ, ਪਿੱਛੋਂ ਸਮੇਂ ਤਾਂ ਵੋਟ ਹੱਕ ਦਾ ਜ਼ਰੂਰ ਇਸਤੇਮਾਲ ਕਰਦੇ ਹੋਣੇ ਆ, ਪਰ ਦੂਜੇ ਪਾਸੇ ਪੰਚਾਇਤੀ ਚੋਣਾਂ ਦਾ ਕੋਈ ਰੌਲਾ ਨਹੀਂ ਹੈ। ਇਸ ਬੁਲੇਟਿਨ ਦੇ ਵਿੱਚ ਵਿਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਦੇ ਨਾਲ। ਧੰਨਵਾਦ।